ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਅਤੇ ਪਰਿਵਾਰ 'ਚ ਬਹਿ ਕੇ ਨਾ ਦੇਖੋ, ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ। ਇਹ ਵੀਡੀਓ ਛੜੇ ਸੰਟਾਂ ਅਤੇ ਮੰਡੀਰ ਵਾਸਤੇ ਆ, ਨਜ਼ਾਰੇ ਲੈਣ ਵਾਸਤੇ ਆ। ਸਾਡਾ ਕਿਸੇ ਵੀ ਧਰਮ ਨਾਲ, ਕਿਸੇ ਵੀ ਜਾਤ ਪਾਤ ਨਾਲ, ਕਿਸੇ ਵੀ ਵਿਅਕਤੀਗਤ ਨਾਲ ਕੋਈ ਸੰਬੰਧ ਨਹੀਂ, ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ। ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ। ਟੀਵੀ ਆਈ ਸੀ ਉਹ ਬੁੰਦ ਤੇ ਮਜ਼ਾ ਆਪਣਾ ਰਾਸ਼ਟਰ ਤੇ ਬਾਗੀ ਉਹ ਤੈਨੂੰ ਭਬੂਤੀ ਦੇ ਦਿੰਦਾ, ਏਦੂ ਬਾਅਦ ਨੀ ਆਉਂਦੀ, ਏਦੂ ਬਾਅਦ ਨੀ ਆਉਂਦੀ ਲੈ ਚੱਪ ਜਾ ਦੇ ਤੋਂ ਬਾਅਦ ਹੋ ਜਾ ਮਿਹਨਤੀ ਮਾਰ, ਚੱਪ ਜਾ ਦੇ ਤੋਂ ਬਾਅਦ ਹੋ ਜਾ। ਇਦੂ ਬਾਅਦ ਟੀਵੀ ਆਉਂਦੀ ਨੀ ਤੇ ਤੇ ਜੇ ਆਈ ਤਾਂ ਦੇਣ ਲੱਗੇਗਾ, ਦੇਣ ਲੱਗੇਗਾ ਜੇ ਆ ਗਈ ਤਾਂ ਬਾਈ ਤੋਂ ਚੇਲੇ ਭਾਈ ਦੀ ਬੋਂਦੀ ਜੀ ਆ ਵਿਆ ਤੇ ਤੂੰ ਲੈਤੀ ਨੀ ਗਈ ਹੈ ਨਾ, ਤੂੰ ਛੱਡੀ ਨਾ ਮਾਰਦਾ ਬਾਬਾ। ਮੈਂ ਟੀਵੀ ਤਾਂ ਫਿਰ ਕੱਢਣੀ ਸੀ, ਕੋਦੀ ਕਰਨੀ ਸੀ ਲੈਵੇ ਜਾ ਕੇ ਕੱਛੀ ਚੱਕੀ ਨਾ, ਮੈਨੂੰ ਤਾਂ ਗੱਡ ਲੈਣ ਦਿੰਦਾ, ਗੱਡ ਲੈਣ ਦਿੰਦਾ, ਗੱਡ ਦਿੰਦਾ, ਮੈਂ ਕਿ ਉਹਦੀ ਲੱਤ ਫਸੀ। ਕਹਿੰਦੇ ਤੂੰ ਇਹਨੂੰ ਕਿੱਧਰ ਪਾਪ ਲਾ ਲਿਆ ਨਾਲ, ਓਏ ਮੁੰਡਾ ਆਏ ਆ ਹੁਣ ਬੰਸਤ ਵਰਗਾ ਤੰਗ ਕਰਦਾ, ਇਹ ਬੰਦਾ ਬੈਲੀ ਦਾ ਪੁਰਾਣਾ ਕੱਟ ਲਿਆ। ਮੈਂ ਨੀ ਤੋ ਤੂੰ ਨਾ ਕਰਦੀ ਹਾਂ, ਉਹ ਕਰਦਾ ਨੀ ਹੈ, ਤੂੰ ਗੱਲ ਸਮਝੀ ਨੀ ਕੀ ਨਾਲੋਂ ਵੱਡਾ ਮਤਲਬ ਵੀ ਸਪੋਰਟ ਤੇ ਹੈ, ਪਰ ਮਰਜ਼ੇ ਨਾਲ ਹੋ ਜਾਗਾ ਯਾਰ, ਮੈਂ ਤਾਂ ਮੁਰਦੀ ਆ। ਓਏ ਨਹੀਂ ਉਲਰਦਾ ਹੈ, ਨਸ਼ਾ ਵਾਲਾ, ਨਸ਼ਾ ਵਾਲਾ, ਇਹ ਮੰਨ ਲੈ ਮਰਦਾ ਤੇ ਆ ਮੇਰੀ ਤੇ, ਫਿਰ ਇਧਰਲੇ ਪਾਸੇ ਹੋ ਜਾ ਤੂੰ। ਕੋਈ ਨਹੀਂ ਕੋਈ, ਇਹ ਆਪਾਂ ਤੋਂ ਮਤਲਬ ਵੀ ਦੂਰ ਬੈਠੂ ਵਿਚਾਰਾ, ਬੈਲੀ ਚਾਹੀਦਾ ਪੁਰਾਣਾ ਕਤਲ ਗਿਆ ਬੰਦਾ, ਇਹ ਮੈਂ ਤੇਰੀ ਸਮਾਂ ਕੁਛ ਰਹਿਤਾ ਕਰੀ ਜਾ ਨਹੀਂ ਬੰਦਾ ਜਿੱਤਲ, ਤੈਨੂੰ ਉਹਦੀ ਦਵਾ ਨੂੰ ਮਾੜਾ ਜਮਾ ਪੱਕੀ ਯਾਰ, ਤੂੰ ਮਾੜਾ ਜਿਹਾ ਸਾਬਰ ਰੱਖ। ਕੀ ਗੱਲਾਂ ਕਰੀਏ, ਤੂੰ ਤਾਂ ਬਾਰੇ ਬੰਨੀ ਜਾਂਦਾ। ਨਾ ਨਾ ਇਹਨੂੰ ਮੈਂ ਗੱਲ ਕਰਦਾ, ਮੈਂ ਸ਼ੇਰਾ ਮੈਨੂੰ ਥੋੜੀ ਬੋਚ ਕੇ, ਮੈਂ ਕਿਹਾ ਮੈਨੂੰ ਆਇਆ ਵੀ ਮੈਂ ਕਿਹਾ ਸੰਗ ਜੀ ਮੰਨਦਾ ਮਾੜਾ ਜਿਹਾ ਦੂਰ ਹੀ ਬੈਠੀ। ਕਹਿੰਦਾ ਨਹੀਂ ਤਾਇਆ ਮੈਂ ਨੀ ਕੋਲੇ ਆਉਂਦਾ, ਇੱਥੇ ਬਾਹਰ ਹੀ ਰਹਿ ਗਿਆ ਮੰਜਾ ਚ ਮੈਂ ਬਾਹਰ ਰਹਿ ਗਿਆ। ਹੋਰ ਮੈਂ ਕਿਹਾ ਉੱਧਰ ਲੋਟ ਨੀ ਆਉਂਦਾ, ਰੋਜ਼ ਥਾਂ ਬਦਲੀਏ ਨਾਲੇ ਬਾਹਰਲੀ ਹਵਾ। ਕਹ ਨਹੀਂ ਉਹ ਜਾਣਾ ਮਿਲ ਗਿਆ, ਫਿਰ ਮੂਹਰੇ ਲੱਗ ਜਾ ਮੈਂ ਮਗਰ ਹੋ ਜਾਣਾ। ਇੱਥੇ ਬਾਈ ਆ ਸ਼ੌਂਕ ਨਾਲ
ਤੂੰ ਇੱਧਰਲੇ ਪਾਸੇ ਬੈਠੀ ਮੇਰੇ ਮਗਰ ਇੱਥੇ ਪੈਂਦਾ ਤੇ ਬੈਠੋ ਕੋਈ ਬੰਦਾ ਬਾਰ ਕਰ ਜੇ ਚਕੰਨਾ ਰਹਿਣਾ ਸ਼ਿਕਾਰੀ ਕੁੱਤੇ ਵਾਂਗੂ ਟੈਂਸ਼ਨ ਨਾ ਲੈ ਤਾਇਆ ਤੇਰੇ ਕੋਲ ਕੋਈ ਬੰਦਾ ਆ ਨੀ ਸਕਦਾ ਮੇਰੇ ਮੈਂ ਮਾਜੂ ਤੇਰੇ ਹੱਥ ਨੀ ਲੱਗਣ ਦਿੰਦਾ ਹੋ ਦੱਸ ਕਈ ਬੰਦੇ ਉੱਠ ਲੇਗਾ ਭਲਾ ਦੂਰ ਬੈਠੀ ਕਿਤੇ ਬਿੜਕਾਂ ਲਈ ਜਿਵੇਂ ਖੜਕਾ ਹੋਊਗਾ ਮਹਿਸੂਸ ਨਾ ਕਰੀ ਤੂੰ ਐ ਸਮਝ ਲੀ ਵੀ ਬੋਰ ਤੇ ਚੱਲੀ ਜਾਂਦਾ ਠੀਕ ਆ ਤਾਂ ਪੱਲੀ ਵਿਛਾ ਲੀ ਠੰਡੀ ਹਵਾ ਚੱਲਦੀ ਆ ਪੜਾਂ ਜਾ ਕੇ ਪੈ ਜੂ ਪਹਿਲਾਂ ਤੂੰ ਐ ਦੇਖ ਲਾ ਬੰਤ ਨਾਲ ਸੀ ਪੱਟ ਕੇ ਲਿਆਂਦੀ ਆ ਅੱਛਾ ਲੈ ਕੰਮ ਲਿਆ ਉਹਦੇ ਨਾਲ 5 ਸਾਲ ਦੀ ਮੈਨੂੰ ਚੇਡਾਂ ਕਰਦਾ ਹੁੰਦਾ ਸੀ ਲੱਗੂਗਾ ਮੈਂ ਤਾਂ ਭੈਣ ਦੀ ਲੰਨ ਲਵੇ ਇੱਥੇ ਆਪ ਸੁਵਾਂਗੇ ਤੈਨੂੰ ਮੈਂ ਦੀ ਆ ਮੈਂ ਤਾਂ ਤਾਇਆ ਮੈਨੂੰ ਲੱਗਦਾ ਤੂੰ ਸਵਾਏਗਾ ਹਨਾ ਉਹ ਫਿਰ ਸਵਾ ਕੀ ਤੋਰਾਂਗੇ ਹੁਣ ਤੇਰੇ ਜਾਂਦੇ ਨੂੰ ਮੈਂ ਤੈਨੂੰ ਕਹਿਤਾ ਕੱਟੜੂ ਵੇਲੇ ਤੁਰਿਆ ਫਿਰਦਾ ਉਹ ਫਿਕਰ ਨਾ ਕਰ ਯਾਰ ਤੂੰ ਮੈਨੂੰ ਐ ਲੱਗਦਾ ਵੀ ਮੇਰੇ ਪ੍ਰਾਹੁਣੇ ਕਤਲ ਤੇਰਾ ਪਊ ਮੈਨੂੰ ਅਜੀ ਭਲਾ ਤਾਇਆ ਜੇ ਚੱਲ ਗਿਆ ਨਾ ਤੂੰ ਦੇਖਦਾ ਜਾਈ ਰਾਤ ਕਿਵੇਂ ਪੈਂਦਾ ਤੇ ਪ੍ਰਾਹੁਣੇ ਟੰਬੇ ਤਾਂ ਹਾਂ ਕੇ ਨਾ ਮਰਜੀ ਮੈਨੂੰ ਐ ਝੋਰਾ ਤੇਰਾ ਸਿਰਾਣੇ ਕਿਤੇ ਖੜਾ ਕਰ ਲੈ ਮੱਥੇ 'ਚ ਵੱਜੇ ਟੈਂਸ਼ਨ ਨਾ ਲੈ ਤਾਇਆ ਬਹੁਤ ਮੈਨੂੰ ਤਾਂ ਸਾਰੇ ਪਤਾ ਹੋਰ ਫਿਰ ਪ੍ਰੀਤੋ ਯਾਰ ਛੱਲਾ ਲਿਆ ਕੇ ਦਿੱਤਾ ਝਨੀਰੋਂ ਮੇਲੇ ਤੋਂ ਚੁੰਬੜੀ ਜਾਂਦਾ ਛੱਲੇ ਹੀ ਦੇਖਦਾ ਸੀ ਤਾਇਆ ਛੱਲਾ ਤਾਂ ਸੋਹਣਾ ਇੱਧਰ ਮਾਰ ਲੈ ਹੱਥ ਨਾਲੇ ਝੋਂ ਉੱਠੀ ਜਾਂਦੀ ਹੈ ਮੇਰੇ ਨਹੀਂ ਤਾਇਆ ਤੇਰੇ ਕੋਲ ਕੀ ਹਜਾ ਥੱਲਾ ਦੇਖਦਾ ਸੀ ਯਾਰ ਚੋਦਾ ਛੱਲੇ ਦਾ ਜਿਹੜਾ ਮਾਲਕ ਛੱਲੇ ਦਾ ਦਬਾਉਣ ਵਾਲਾ ਬੈਠਾ ਉਹ ਜਿੰਦਾ ਨਹੀਂ ਤੈਨੂੰ ਛੱਲਾ ਜਿੰਦਾ ਤੈਨੂੰ ਮੇਰੇ ਤੇ ਥੱਕ ਕਰੀਏ ਨਾ ਕਾ ਐ ਕਰੀ ਪ੍ਰੀਤੋ ਬੰਦਾ ਦੇਖ ਮੇਰਾ ਲਿਆ ਜਾਲਾ ਇਹ ਅੱਛਾ ਜਿਹੜੀ ਤੇਰੀ ਭਰਜਾਈ ਆ ਮੀਕੋ ਉਹਦੇ ਨਾਲੇ ਮੁੰਡੇ ਦੀ ਗੱਲ ਕਰਾਉਣੀ ਆ ਦੇਖ ਲਾ ਮੁੰਡਾ ਸੋਹਣਾ ਸੁਨੱਖਾ ਕਿਸੇ ਪਾਸੋਂ ਘਾਟ ਨਹੀਂ ਕੋਈ ਕਰਾ ਦੂੰਗੀ ਲੱਗ ਤਾਂ ਜਾਣਗੇ 2-4 ਦਿਨ ਦਿਨ ਤਾਂ ਚੱਲ ਖੜਾ ਕੋਈ 2-4 ਦਿਨ ਨਹੀਂ ਤਾਇਆ ਯਾਰ ਇੱਕ ਨਦੇ ਦਿਨ ਦੀ ਗੱਲ ਕਰਾ ਅਸਲ ਮੈਂ ਤਾਂ ਘੰਟਿਆਂ ਦੀ ਲੈ ਕੇ ਆ ਯਾਰ ਗੱਲ ਹੁਣ ਤੂੰ ਤਾਂ ਐਂ ਕਹਿਣਾ ਵੀ ਇਹ ਭਮਾਰੀ ਰਹਿ ਗਏ ਮੈਂ ਲੈ ਲਾ ਐਂ ਨਹੀਂ ਇਹ ਗੱਲਾਂ ਹੁੰਦੀਆਂ ਹੱਥਾਂ ਨਹੀਂ ਤਾਇਆ ਯਾਰ ਹੱਥਾਂ ਤੇ ਸਰੋਂ ਜੰਮਦੀ ਤੂੰ ਮੈਨੂੰ ਪਤਾ ਕਾਦੀ ਆ ਬੰਦਾ ਤੂੰ ਮੇਰਾ ਹੱਲ ਕਰ ਦੇਗਾ ਹੱਲ ਤਾਂ ਤੇਰਾ ਕਰੂੰ ਤਾਂ ਹੀ ਮੈਂ ਗੱਲ ਛੇੜੀ ਆ ਜਿੱਥੇ ਭੈਣ ਗਿਆ ਲੰਨਾ ਇੰਨੇ ਦਿਨ ਮੁੱਠ ਮਾਰ ਮਾਰ ਲੰਨ ਬਿੰਗਾ ਕਰ ਲਿਆ 2 ਦਿਨ ਹੋਰ ਮਾਰ ਲਿਆ ਕੀ ਥੁੱਕ ਮੁੱਕਦਾ ਨਹੀਂ ਤਾਇਆ ਬਹੁਤ ਟਾਈਮ ਹੋ ਗਿਆ ਟਾਈਮ ਤਾਂ ਹੋ ਗਿਆ ਹੁਣ ਕੋਈ ਸਬਰ ਵੀ ਹੁੰਦਾ
ਆਏ ਹੁਣ ਮੇਰੀ ਤਾਂ ਭਮਾ ਲੈ ਲਿਆ ਯਾਰ। ਸੋਹਣਾ ਤਾਂ ਕਾਹਨੂੰ ਲੱਗਦਾ, ਮੂੰਹ ਪਰਾ ਕਰ ਲਈ ਦੇਖ, ਖਰਚਾ ਦੇਣਾ ਪੂ ਅਗਲੀ ਨੂੰ, ਪੰਜਵੇਂ ਸੱਤਵੇਂ ਕੋਈ ਗੁੜ ਚਾਹ ਨੂੰ ਕੋਈ ਹੋਰ ਖਰਚਾ ਦੇਖ ਲਾ, 1500 ਬੰਨਣਾ ਪਊਗਾ 10-15 ਦਿਨ ਆਇਆ ਕਿਤੇ। ਉਹ ਗੱਲ ਕਰਦੇ ਕੋਈ ਗੱਲ ਨੀ, ਚਾਹੇ ਕੋਈ ਗੱਲ ਨੀ, ਚਾਹੇ ਯਾਰ ਇੱਕ ਵੱਜ ਗਿਆ ਯਾਰ, ਕੋਈ ਗੱਲ ਨੀ, ਨਸ਼ਾ ਢੇਲਾ ਪੈਣ ਲੱਗਾ, ਤੂੰ ਸਵਾਦ ਲਈ ਜਾਂਦਾ ਇੱਥੇ ਯਾਰ, ਥਾਣੇ ਦਾ ਡਰ ਗਿਆ ਸੀ ਤੇ ਕਿਹੜਾ ਜਦੋਂ ਭੁੱਕੀ ਫੜੀ ਗਈ ਆ, ਜਦੋਂ ਝੱਕ ਹੈ ਨਾ ਟੇਢਾ ਮਾਤਲ ਵੀ ਹੱਥ ਚੋਂ ਰੋਜ਼ ਨਾਮ ਚਾਲਾ ਰਜਿਸਟਰ ਡਿੱਗ ਪਿਆ ਦੇ, ਕਹਿੰਦਾ ਇੰਨਾ ਕੌੜ। ਮੈਂ ਕਿਹਾ ਇਹ ਤਾਂ ਜੀ ਬਸ ਪੁੱਛੋ ਨਾ ਪਿੱਟ ਬੋਲ ਕੁੱਤੇ ਨਾਲ ਦਾ, ਵੀ ਮਤਲਬ ਠੀਕ ਆ, ਕਾਨੂੰਨ ਮੂਹਰੇ ਬੋਲਦਾ ਨੀ, ਬੰਦਾ ਨੀ ਮੈਂ ਕਿਹਾ ਬਖਸ਼ਦਾ, ਬਾਹ ਨੀ ਤੇਰੇ ਬਹੁਤ ਖਤਰਨਾਕ ਬੰਦਾ, ਇਹੋ ਜਿਹੇ ਬੰਦੇ ਤਾਂ ਲੋੜ ਆ ਖਰ ਤੈਨੂੰ, ਲੋੜ ਹੋਰ ਤਾਂ ਹੀ ਤਾਂ ਰੱਖੇ ਇਹਦੇ ਕੋਲ 20 ਬੰਦੇ ਆ ਇਹਦੇ ਲਿੰਕ ਚ, ਸਾਰੇ ਬੈਲੀ ਬੰਦਿਆਂ ਨਾਲ ਆ, ਮਹੀਨਾ ਮਹੀਨਾ ਬਾਹਰ ਯੂਪੀ ਚੋ ਨੀ ਮੁੜਦਾ, ਬਿਹਾਰ ਚੋ ਇਹ ਲੈ ਕਮਲੀ, ਉੱਥੋਂ ਤਾਂ ਹੀ ਲਿੰਕ ਪਏ ਇਹਦੇ, ਕੀ ਉੱਥੇ ਝੋਨਾ ਵੱਢਿਆ ਜਾਂਦਾ, ਝੋਨਾ ਨਾ ਵੱਢਣ ਜਾਂਦਾ, ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਇਹ। ਅੱਛਾ ਲੈ ਮਾੜੀ ਮੋਟੀ ਗੱਲ ਆ, 5 ਜ਼ਿਲ੍ਹਿਆਂ ਦੀ ਪੁਲਿਸ ਤੋਂ ਨੀ ਫੜਿਆ ਗਿਆ ਸੀ, ਵਿਆਹ ਜਾ ਕੇ ਘਰੇ ਰੱਖਿਆ ਕਰੇ ਤੇਰਾ ਲੁੱਟ ਕੇ ਲੈ ਜੂ ਗੁੱਸਾ, ਨਹੀਂ ਮੇਰਾ ਤਾਂ ਫਿਰ ਸੱਥਰੀ ਪੈਂਦੀ ਆ ਨਾ, ਮੈਨੂੰ ਕਹਿੰਦਾ ਤਾਇਆ ਤੇਰੇ ਤੇ ਵਾਰ ਨੀ ਕਰਦਾ ਮੈਂ, ਕੋਈ ਪਤਾ ਨੀ ਹੁੰਦਾ, ਨਾ ਨਾ ਆਏ ਮੈਨੂੰ ਪੂਰੀ ਤਵਾਰੀ, ਫਿਰ ਦੇਖੋ ਜੀ ਮਰਜ਼ੀ ਆ ਬਾਈ, ਨਹੀਂ ਤਾਇਆ ਤਾਈ ਦੀ ਗੱਲਾਂ ਚ ਨਹੀਂ, ਨਾ ਨਾ ਆਪਣੀ ਬੰਦਿਆਂ ਦੀ ਗੱਲ ਅੱਡਾ ਯਾਰ, ਮੇਰਾ ਤੈਨੂੰ ਪਤਾ ਨਾ, ਮੈਨੂੰ ਪਤਾ ਮੇਰੇ ਪਿੱਛੇ ਮਰ ਜਾਏਗਾ, ਪਿੱਛੇ ਨੀ ਹਟਦਾ, ਜਿੱਥੇ ਮੈਂ ਖੜਦਾ ਕੋਈ ਖੜਦਾ, ਨਾ ਨਾ ਦੇਖੇ ਸਾਰੇ ਨਹੀਂ ਖੜਦਾ ਭਰਾਵਾ, ਮੰਨ ਗਿਆ ਗੱਲ ਤੇਰੀ, ਸ਼ਾਂਪਾਂ ਛੱਲੇ ਤੇ ਅੱਗੇ ਨਾਲੋਂ ਮਤਲਬ ਰੋਗਨ ਜਿਹਾ ਕੱਢਦੀ ਆਉਣੀ ਭਾਈ, ਰਾਤ ਨੂੰ ਖੜਕਾ ਹੁੰਦਾ ਪੈਰਾਂ ਨਾਲ ਤਾਂ ਨੀ ਪਾਉਂਦਾ ਝਾਂਜਰ, ਹੋਰ ਉਹਨੇ ਸ਼ਾਰੀ ਰੱਖਣੀ ਪੈਂਦੀ ਆ ਯਾਰ, ਆਹੋ ਜਗਾਜੀ ਤਾਂ ਹੈਗਾ, ਮੈਨੂੰ ਵੀ ਜਗਾੜ ਲਾ ਲੈਣ ਜੇ ਪਰਾਉਣੀ ਉਧਰ ਪੈ ਜਾ ਕੇ, ਫਿਰ ਇੱਥੇ ਬਹਿ ਜਾ ਮੰਜੇ ਥੱਲੇ, ਮੈਂ ਲੈ ਲੂ ਤੂੰ ਮੁੱਠ ਮਾਰ ਲਈ, ਹੋਰ ਫਿਰ ਕੀ ਹਾਲ, ਤੂੰ ਬਹਿ ਜਾ ਉੱਥੇ ਕਿਤੇ, ਤੋਪ ਵਾਂਗੂ ਲੰਨ ਜਾ ਮੂੰਹ, ਇੱਧਰ ਹੀ ਨਾ ਰੱਖੀ ਸਾਡੇ ਬੰਨੀ, ਹਾਂ ਜਮਾਇਆ ਚੀਕ ਜੀ, ਬੰਦਾ ਤਾਂ ਚੰਗਾ ਖਰ, ਮੈਂ ਤੈਨੂੰ ਦੱਸ ਦਿਆਂ ਗੱਲ, ਮੈਨੂੰ ਤਾਂ ਲੱਗਦਾ ਨੀ ਚੰਗਾ, ਫਿਰ ਮਾੜਾ ਮੋਟਾ ਅਗਲਾ ਕਰਦਾ ਹੀ ਆ ਜੀ, ਜਾਂ ਕਰਿਆ ਹੁੰਦਾ ਠੰਡੀ ਹਵਾ ਚੱਲਦੀ ਆ,
ਕਈ ਗੱਲਾਂ ਹੋਣੀਆਂ ਹੈ ਤੇ ਮੈਂ ਉਹ ਸੂਣ ਵਾਲੇ ਜਿਹੜੀ ਫੂਲੀ ਤੈਨੂੰ ਫੱਗੂ ਤਾਂ ਦਵਾਈ ਸੀ ਭਲਾ ਹਾਂ ਓਹੀ ਓਹੀ ਲਵੇਰੀ ਚੰਗੀ ਆ ਦੁੱਧ ਬਹੁਤ ਆ ਦੇ ਤਾਂ ਸ਼ਾਮ ਲਈ ਮੈਂ ਤੈਨੂੰ ਹਾਂ ਪਰ ਤਾਂ ਬਹੁਤ ਦਿੱਤਾ ਸੀ ਦੁੱਧ ਤੇ ਗਮਾ ਦੇ ਚਾਇਆ ਹਾਂ ਪਾਣੀ ਪੂਣੀ ਤਾਂ ਨਹੀਂ ਪੀਣਾ ਨਾ ਨੰਗਦਾ ਨਹੀਂ ਕਿਉਂ ਤੂੰ ਪੀ ਕੇ ਤੇ ਡਿੱਗ ਪਏ ਮੇਰਾ ਸਿਰ ਪੀ ਲਾ ਨਹੀਂ ਮੈਂ ਨਹੀਂ ਡਿੱਗਦਾ ਪਾਣੀ ਪੂਣੀ ਤੂੰ ਦੱਸ ਜੇ ਪੀਣਾ ਤਾਈ ਨੂੰ ਪੁੱਛਲਾ ਮਾਰ ਜਾ ਅਸੀਂ ਤਾਂ ਸਾਡਾ ਕੁਝ ਪੀ ਕੇ ਆਏ ਤੂੰ ਆਪਦਾ ਪਾਣੀ ਪੀ ਲਾ ਪੈ ਜਾ ਮੇਰੇ ਕੋਲੇ ਨਾ ਲੈ ਕੇ ਮੈਂ ਮੱਥੇ ਚ ਮਾਰੂ ਗਲਾਸ ਜੇ ਜਰਾ ਤੈਨੂੰ ਲਿਆ ਕੇ ਦਵਾਂ ਕੈਦੀ ਪੂਰੀ ਕੰਦੇ ਵਾਲੀ ਚਾਹ ਲਿਆ ਕੇ ਦੂੰ ਤਾਈ ਤੂੰ ਪੀਏਂਗੀ ਮੈਂ ਨਹੀਂ ਪੀਂਦੀ ਵੀ ਰਾਮੇ ਤੱਤੀਆ ਬੰਦਾ ਤੇਰੀ ਤਾਈ ਥੋੜੀ ਜੀ ਪੀ ਜਾਏ ਕਿ ਤੇ ਦੰਦੀ ਵੱਜਦੀ ਆ ਨਾ ਨਾ ਤੀਆ ਬੰਦਾ ਮੈਂ ਇਹਦੀ ਲਾਉਂ ਤੇ ਕੋਡੀ ਹੋ ਜੂ ਬੋਲ ਦੇ ਚ ਪਾਜੀ ਟੀ ਪਲਾ ਕੇ ਚੰਗਾ ਹੋਰ ਖੜ ਗਿਆ ਕਾ ਯਾਰ ਦੋ ਬਜਵਾ ਤੇ ਭੈਣ ਦੇ ਲੈਣ ਨੇ ਬੰਤ ਜਦੋਂ ਆਉ ਦੇਖੀ ਜਾਉ ਇਹੀ ਨਹੀਂ ਲੈਣ ਦਿੰਦਾ ਦੋ ਤਿੰਨ ਦਿਨ ਉਹਨਾਂ ਨੇ ਪਨਾ ਤੇ ਮੇਰੇ ਬੁੰਡ ਚ ਉਹ ਆ ਵੜ ਗਿਆ ਪਰਾਉਣੇ ਘਰੇ ਉਹ ਨਹੀਂ ਜਾਂਦੇ ਖੇਤ ਬੈਠੇ ਨੇਗਾ ਜਾਂ ਜਮਾਈ ਨਵਾਂ ਛੇੜ ਲਿਆ ਅੱਜ ਵੀ ਬਿੜਕ ਤੇ ਹੋਊਗਾ ਲੱਗਦਾ ਯਾਰ ਯਾਰ ਪ੍ਰੀਤੋ ਮੇਰਾ ਤਾਂ ਰਿਹੜਿਆ ਰਹਿਣ ਲੱਗ ਗਏ ਕੱਲਾਂ ਦੇਖ ਕੇ ਨਾ ਸੌਂਗਾ ਜੀ ਨਹੀਂ ਕਰਦਾ ਵੀ ਕੀ ਭੈਣ ਦੇ ਲੜ ਦੇ ਨਾਲ ਚਰ ਪੀਏ ਪੱਟ ਬੈਠੇ ਨਾਲੇ ਬਦਨਾਮੀ ਕਰਾ ਲਈ ਨਾਲੇ ਉਹ ਤੋਂ ਰਹਿ ਗਏ ਉਹ ਗੱਲ ਨਾ ਸੁੱਤੀ ਨਾ ਕੱਟਿਆ ਨਾ ਦਿੱਤੀ ਨਾ ਖਿੱਚਿਆ ਉਹ ਗੱਲਾਂ ਗਈਆਂ ਤੈਨੂੰ ਆਖਾ ਦੋ ਚਾਰ ਦਿਨ ਟਾਲ ਕਰ ਦਿੰਦਾ ਟਾਲ ਹੁੰਦੀ ਨਹੀਂ ਮੈਂ ਕਿਸੇ ਬਾਬੇ ਨੇ ਦਵਾਈ ਦੱਸੀ ਸੀ ਉਹ ਖਾ ਬੈਠਾ ਮਾਇਤਾ ਤੂੰ ਕਾਦੇ ਵਾਲੀ ਉਹ ਵਿੱਚ ਖਾਸਾ ਸਮਾਨ ਰਲਿਆ ਸੀ ਭਸਮਾਂ ਭੁਸਮਾਂ ਤੂੰ ਯਕੀਨ ਮੰਨੀ ਮਾਇਤਾ ਘਰੇ ਵੀ ਨਾ ਜਵਾਕਾਂ ਸੰਗ ਦਾ ਤਾਹਾਂ ਟੰਗ ਕੇ ਰੱਖਦਾ ਵਾਢਾ ਪੈ ਗਿਆ ਮਾਇਤਾ ਸਮਾਂ ਨਿਕਲ ਨਾਲੇ ਨਾਲ ਨਾ ਖਿੱਚ ਕੇ ਤਾਹਾਂ ਰੱਖਦਾ ਮੁਖੀ ਮੂੰਹ ਡਿੱਗਦੇ ਹੀ ਨਹੀਂ ਪੜਾਉਣਾ ਤੇ ਨਾ ਖਾਂਦਾ ਨਹੀਂ ਤੇ ਭਾਈ ਮੰਗ ਲੱਗਿਆ ਮੈਨੂੰ ਉਹਨੇ ਚੌੜ ਪੈ ਗਿਆ ਬਾਬਾ ਮੇਰਾ ਜਿਹਾ ਜੀ ਸੀ ਕਹਿੰਦਾ ਚੰਦ ਕੇ ਖਾ ਲੈ ਚੰਗੀ ਹੁੰਦੀ ਮੈਨੂੰ ਕੀ ਪਤਾ ਵੱਧ ਖਾ ਕੇ ਹੋਵੇਗਾ ਖਾ ਤਾਂ ਮੈਂ ਵੱਧ ਗਿਆ ਦਸ ਵੀਹ ਪੁੜੀਆਂ ਨੇ ਦੱਸਿਆ ਸੀ ਪੰਜਵੇਂ ਦਿਨ ਮੈਂ ਰੋਜ਼ ਹੀ ਢੱਕੀ ਤੁਰਿਆ ਆ ਤੇ ਫਿਰ ਤੈਨੂੰ ਕਰਨੀ ਆ ਕਰਮਾਸ਼ਾ ਉਹ ਤਾਂ ਕਰਕੇ ਹਿੜੀ ਹਿੜੀ ਵਾਸਤੇ ਸਪੈਸ਼ਲ ਅੱਛਾ ਭੈਣ ਦੇ ਚਾਰ ਦਾ ਜਿਉਂ ਜਿਉਂ ਮੋਟਾ ਹੋਈ ਜਾਂਦਾ ਜਿਉਂ ਜਿਉਂ ਮੋਟਾ ਹੋਈ ਜਾਂਦਾ ਮੈਂ ਕਿਹਾ ਬਾਬਾ ਇਹ ਮਾਰੇਗਾ ਜਮਾ ਤੂੰ ਬੇ ਮੈਂ ਤਾਂ ਐਂ ਸੁਣਿਆ ਵੀ ਜਿਹਦਾ ਬੜਾ ਵੱਡਾ ਹੋ ਜਾਏ ਮਾਂਗਰ ਵੀ ਪੈਣ ਲੱਗ ਜਾਂਦਾ ਤੇਰੇ ਤਾਂ ਨਹੀਂ ਪੈਣ ਲੱਗਿਆ ਮਾਂਗਰ ਮਾ ਚੱਲ ਵੀ ਅੱਧੀ ਘੁੰਗਲ ਦਾ ਸੰਨ ਆ ਜੇ ਡਿੱਗ ਪਏ ਕਈ ਵਾਰੀ ਜੋ ਟੱਟੀ ਬਹਿੰਦੇ ਬੁੰਡ ਕੋਲੇ ਲੱਗ ਕੇ ਮੁੜ ਆਉਂਦਾ ਜਮਾ ਇੰਨੀ ਸੰਨ ਰਹਿੰਦਾ ਅੱਧੇ ਇੰਚ ਦਾ ਮਤਲਬ ਵੀ ਜੇ ਦੋ ਪੁੜੀਆਂ ਹੋਰ ਖਾ ਗਿਆ ਬੁੰਡ ਤੋਂ ਦੋ ਉਂਗਲਾਂ ਗਾਹਾਂ ਭੋਏ ਟੱਪ ਜੇ ਪਿੱਛੇ ਨਹੀਂ ਰਹਿੰਦਾ ਅੱਛਾ ਹਾਂ ਖਤਰਾ ਮੈਨੂੰ ਪੂਰੇ ਹੋ ਗਿਆ ਆਪ ਨੂੰ ਜਾਨੀ ਮਾਲੀ ਨੁਕਸਾਨ ਦਾ ਖਿੱਚ ਪਾ ਪੁੱਠੀ ਮੁੜ ਜਾਂਦਾ ਲੈ ਕਰ ਲੈ ਢੂਈ ਸਿੱਧੀ ਬਹਿ ਜਾਂਦੇ ਆਹੋ ਕਰਦੇ ਕੋਈ ਗੱਲਬਾਤ ਉਹ ਤਾਂ ਗੱਲ ਵੀ ਨੀ ਕਰਨ ਦਿੰਦਾ ਪਰਾਉਣਾ ਮਾਰਤਾ ਮੈਨੂੰ ਤਾਂ ਉਹਨੇ ਕਿੱਥੇ ਭੈਣ ਦਾ ਲਾ ਨੱਕ ਲਾ ਲਿਆ ਮੈਂ ਤਾਂ ਮੇਰੇ ਧਾਪ ਗਰਮੈਸ਼ ਮਰਦੇ ਤੇਰੇ ਵਾਂਗ ਵਰਗਾ ਪਿਆ ਤੂੰ ਐ ਲਾ ਲੈ ਇੰਨੀ ਉਮਰ ਹੋ ਗਈ ਮਤਲਬ ਮੈਂ ਤੇਰਾ ਸਰੀਰ ਢਲਿਆ ਨੀ ਖੜਮਾ ਪਿਆ ਉਵੇਂ ਜੋ ਕਰ ਹਨਾ ਬਸ ਜਿਹੜਾ ਤੂੰ ਮੈਨੂੰ ਜਮਾਉਣਾ ਖਵਾਇਆ ਨਾ
ਤੇ ਉਹ ਬੜਾ ਚੰਗਾ ਸੀ ਸਮਾਨ ਸੱਲਾ ਬੜਾ ਸਿੱਟਿਆ ਬੜਾ ਸਮਾਨ ਸਿੱਟਿਆ ਸੀ ਧਰਮ ਨਾਲ ਉਹੀ ਕੰਮ ਕਰੀ ਜਾਂਦਾ ਹਜੇ ਤੱਕ ਤੈਨੂੰ ਹੋਰ ਲਾ ਕੇ ਦੂ ਹੇਠ ਕੀ ਮਾੜਾ ਜਿਹਾ ਸਿਆਲ ਆਉਣ ਦੇ ਹਾਂ ਹੁਣ ਤਾਂ ਗਰਮੀ ਬਾਲੀ ਆ ਪੱਟ ਦੇਖੀ ਕਛਮੇ ਬਣਦੇ ਉਹਦੇ ਨਾਲ ਗੋਲ ਛਪੈਦੇ ਵਰਗੇ ਅੱਛਾ ਮਾੜਾ ਜਿਹਾ ਐ ਕਰੀ ਹੱਥ ਨਾਲ ਸਰੀਰ ਖੜਾ ਕਰੀ ਨਾਲੇ ਕਹਿੰਦਾ ਆਪ ਹੀ ਹੋ ਜਾਂਦਾ ਹੁਣ ਇਹਨੇ ਦੇਖਤਾ ਪ੍ਰਾਹੁਣੇ ਨੇ ਜੜ ਚੁੱਕੇ ਹੱਥ ਪਾਉਣੀ ਹੈ ਫਿਰ ਉਹੀ ਗੱਲ ਚਾਰ ਛਪੇਰੇ ਜਿਵੇਂ ਥੌੜਾ ਜਿਹਾ ਨੀ ਪਾਉਂਦੇ ਹੁੰਦੇ ਚਾਰ ਛਪੇਰੇ ਫਿਰ ਆਏ ਫਿਰ ਹਾਂ ਲੈ ਆਹ ਰਾਮ ਜਾ ਹਾਂ ਉੱਗਰ ਆਏ ਮਾੜੇ ਮਾੜੇ ਮੈਂ ਸਾਬਣ ਜੀ ਨਾਲ ਤਾਂ ਉੱਗਰਦੇ ਨੀ ਜਾਂਦਾ ਉਹ ਨੀ ਮੈਂ ਬੁੰਡ ਪੰਗਾ ਲੈਂਦਾ ਤੈਨੂੰ ਦੱਸਿਆ ਤਾਂ ਸੀ ਉਹਦੇ ਉਹ ਤਾਂ ਧੱਕਾ ਕਰਦੀ ਆ ਭੈਣ ਚੋਦੀ ਲੈ ਲਾ ਲਾ ਤੰਬਾ ਤੁੰਬਾ ਹੁਣ ਲਾ ਲੈਂਦੇ ਆ ਹਾਂ ਜਮਾਈਆ ਜੂਸ ਕੱਢਿਆ ਜੋ ਮੈਂ ਪੀਂਦਾ ਨੀ ਕਰਦਾ ਨੀ ਯਾਰ ਊ ਯਾਰ ਛੱਡਾ ਯਾਰ ਲੋੜ ਹੋਈ ਪੀ ਲਾਂਗੇ ਮੈਂ ਕੱਲ ਤੋਂ ਲਿਆਉਂਦੀ ਨੀ ਭੈਣ ਦਾ ਫੁੱਦਾ ਜਾ ਬੰਦੀ ਹੋਰ ਲਿਆਉਂ ਮੈਂ ਓਏ ਚੰਗਾ ਯਾਰ ਤੂੰ ਜਾਣਾ ਕਿ ਨਾ ਓਏ ਹਾਂ ਹਾਂ ਬੱਜੇ ਦੀ ਨਿਗਾਹ ਰੱਖ ਛਾੜ ਨਹੀਂ ਪੂਰਾ ਚੰਗਾ ਆਹੋ ਕਮਲੇ ਨੂੰ ਟਾਲ ਦੇ ਪਰੇ ਮੈਂ ਨੀ ਪੀਂਦਾ ਯਾਰ ਪਾਣੀ ਪੀ ਲਈ ਚੰਗਾ ਕਰ ਚੰਗਾ ਪੀ ਲੂ ਯਾਰ ਚੰਗਾ ਮਾਸਟਰ ਦੇ ਭੈਣ ਦੇ ਲੰਨੇ ਮੈਨੂੰ ਨੰਗਿਆਂ ਤੇ ਨਾ ਜੇ ਕਿ ਨਹੀਂ ਇਹ ਬਹਾਨੇ ਨਾਲ ਆਉਂਦਾ ਬਹਾਨੇ ਨਾਲ ਆਉਂਦਾ ਇਹਨੂੰ ਇੱਕ ਦੇ ਰਾਹ ਨਾਲ ਰੱਖਿਆ ਹੋਇਆ ਨਾ ਹਾਂ ਵੀ ਇਹ ਮੈਨੂੰ ਤੇਰੇ ਨਾਲ ਵੀ ਕਾਲਾ ਵਾਲਾ ਮੈਂ ਤੈਨੂੰ ਹੋਰ ਦੱਸਦਾ ਹਾਂ ਕਈ ਵਾਰੀ ਇਹ ਜਿਹਾ ਬੰਦਾ ਇੱਲਤ ਕਰਦੇ ਤੰਬੀ ਨਾ ਪੌਂਚਿਆਂ ਚ ਰੱਖੀ ਥੱਲੇ ਨਾ ਲਾਹੀ ਨਾ ਥੱਲੇ ਨੀ ਲਾਉਂਦੀ ਮੈਂ ਤਾਂ ਆਪਣੀ ਇੱਕੜ ਗੋਡਿਆਂ ਚ ਹੀ ਰੱਖੂ ਇਹ ਜੇ ਬੰਦੇ ਦਾ ਕੀ ਪਤਾ ਸ਼ਰਾਰਤ ਕਰਦੇ ਹਾਂ ਜਰ ਕਿਵੇਂ ਚੜਾਈ ਤਾਂ ਜਾਵੇ ਇਹ ਤਾਂ ਐਂ ਲੱਗਦਾ ਵੀ ਜੇ ਭੈਣ ਦੇ ਲੰਨ ਕੋਲੇ ਤੇ ਕੋਈ ਮੋਬਾਈਲ ਨੀ ਕਮਰੇ ਕੋਲੇ ਫੋਟੋ ਕਿਹੜਾ ਨਾ ਲਾ ਲੇ ਹਾਂ ਜਾਣਦਾ ਨੀ ਹੋਣਾ ਲੈ ਕੇ ਇੱਥੇ ਪਾਣੀ ਬੁੰਡ ਚ ਦੇਣਾ ਪਾਣੀ ਭੈਣ ਦਾ ਲੱਲਾ ਰਾਜਸਥਾਨ ਚ ਬੈਠੇ ਵੀ ਪਾਣੀ ਨੂੰ ਉਹੀ ਆਈ ਜਾਂਦਾ ਗੇੜੇ ਨਾਲ ਭਾਂਡਾ ਲੈ ਕੇ ਲੈ ਪਾਣੀ ਚਾਹ ਬਣਾ ਕੇ ਲਿਆਉਣਾ ਆਜੀ ਚਾਹ ਭਾਂਡੇ ਲੰਨ ਦੀ ਖੱਲੀ ਵਾਲੀ ਚੜ੍ਹਦੀ ਆ ਕੜਿੱਲ ਪੈ ਗਿਆ ਆਹ ਮਾੜਾ ਚਿੱਤੜਾਂ ਚ ਮੁੱਕੀ ਜੀ ਮਾੜੀ ਪੁੜੇ ਤੇ ਲੈ ਆਏ ਨਿਕਲ ਗਈ ਮਾਰ ਜੱਚ ਕੇ ਮਾਰ ਲੈ ਆਹ ਰਾਮ ਜਾ ਗਿਆ ਇਹਦਾ ਨਾ ਮੇਰੀ ਮਤਲਬ ਵੀ ਬਾਂਹ ਖਿੱਚੀ ਗਈ ਸੀ ਉਹਦੇ ਨਾਲ ਗੋਲੀ ਤਾਂ ਚੜ੍ਹ ਗਈ ਸੀ ਇੱਕ ਅੱਛਾ ਉਹ ਮਤਲਬ ਪੁੜੇ ਚ ਕੜਿੱਲ ਪੈਂਦਾ ਭੈਣ ਚੋਦਾ ਕਦੇ ਨਾ ਕਦੇ ਕੋਈ ਨਾੜ ਨੂੜ ਖਿੱਚੀ ਗਈ ਹੋਣੀ ਨਾੜ ਨਾੜ ਖਿੱਚੀ ਗਈ ਲੈ ਤੰਬਾ ਲਾ ਲਾ ਤੇ ਮੂੰਹ ਕਰ ਲਾ ਪਰਾਂ ਮੈਂ ਦੋ ਕੁ ਮਿੰਟ ਦੀਕ ਲੈ ਕੰਮ ਲੈ ਇਹਨੂੰ ਦੁਬਾਰੇ ਲੈ ਜਾ ਨਹੀਂ ਨਹੀਂ ਉਹ ਨਹੀਂ ਆਉਂਦਾ ਹੁਣ ਉਹ ਤਾਂ ਸਮਝਾਤਾ ਦੇਖੀ ਕਿਤੇ ਕਚਾਈ ਜੀ ਆਵੇ ਤੜਕੇ ਨਾ ਨਾ ਇਹ ਕੀ ਡਰ ਐ ਤਾਂ ਬੰਦਾ ਆ ਜਾਓ ਗੱਲ ਨਹੀਂ ਕਰ ਕਰਦਾ ਗੱਲ ਕਰ ਭੈਣ ਦੇ ਨੂੰ ਪੜਾ ਕੇ ਨਾ ਸੁਣ ਜਾਣ ਹਨਾ ਤਾਂ ਤੜਕੇ ਮੂੰਹ ਜਾ ਦਿਖਾਉਣਾ ਔਖਾ ਹੋ ਜਾਂਦਾ
ਕਰੂ ਤਾਂ ਅਸੀਂ ਬੁੜੀਆਂ ਮੂੰਹ ਕਰਕੇ ਚੁੰਨੀ ਨਾਲ ਬਲੇਡ ਲੈਂਦੀਆਂ। ਖੋਜਾ ਖੋਜਾ ਇਹ ਬਣ ਗਿਆ ਕੰਮ। ਹੌਲੀ ਖਾਜਾ ਖਾਜਾ ਹੈ ਕਮਲਾ ਪਰੇ ਹੋ ਜਾਏ ਯਾਰ ਕੰਮ ਤੋਨੇ ਜਿਹਾ। ਉਹ ਭੈਣ ਦੀ ਬੁੰਡ ਦੇ ਨਾ ਨੰਗੀ ਪਈ ਆ ਇੱਜ਼ਤ ਪੱਛੇਗਾ ਯਾਰ। ਲੰਨ ਜਿਹਾ ਖੜਜਾ ਕਿੱਦਾਂ ਹੋਏ ਤੂੰ ਜਾ ਠਹਿਰ ਕੇ ਆਈ ਯਾਰ ਖੜ ਜਾ ਪਰੇ ਹੋ ਜਾਏ ਯਾਰ ਤੂੰ। ਉਹ ਭੈਣ ਜਾ ਲੰਨ ਖੜ ਜਾ ਪੈਰਾਂ ਤੇ ਕੁਛ ਕਤਾਰੀਆਂ ਕਰ ਦੇ ਉਹ ਛੇਤੀ ਹੋ ਜੂ ਕੁਛ ਕਤਾਰੀਆਂ। ਹਾਂ ਆਹਾ ਹਾ ਰਾਮ ਜਾ ਆ ਗਿਆ। ਹਾਂ ਹਾਂ ਕਰ ਉਹ ਥੱਲੇ ਜੀ ਕੋ ਦੇਖਦਾ ਯਾਰ ਹੋਏ ਪਰੇ ਚੜ ਹੋਏ। ਉਹ ਮੈਂ ਤੂੰ ਜਾਣਾ ਕਹਿੰਦਾ ਯਾਰ ਮੈਨੂੰ ਨੰਗੇ ਨੂੰ ਉੱਠਣਾ ਪਊ ਯਾਰ। ਮੈਂ ਤਾਂ ਪੀਂਦਾ ਨੀ ਜਮਾਗਿਆ ਕੋਈ ਲਿਆਦੇ ਭਾਵੇਂ ਦੀ ਜ਼ਹਿਰ ਪਾ ਲਿਆ ਤੂੰ ਇੱਥੋਂ ਵਗ ਜਾ। ਮਾਰੂ ਪੀ ਲੂ ਤੂੰ ਵਗ ਜਾ। ਸਾਡਾ ਮੂਡ ਖਰਾਬ ਕਰਤਾ ਭੈਣ ਲੰਨ ਨੇ। ਬੁੰਡ ਲੈਣੀ ਕਰਦੀ। ਭੈਣ ਦੇ ਲੰਨ ਜਾ ਮੁੜਕੋ ਮੁੜਕੀ ਹੋ ਗਈ ਨੇ ਨਾਲ। ਦੁੱਧ ਪਾ ਲਿਆ ਬੋਤਲ ਚੋਂ ਸਾਰਾ ਗਲਾਸ ਦਾ। ਤੂੰ ਬਹਿਣਾ ਬਹਿ ਜਾ ਭੈਣ ਜੀ ਬੁੰਡੀ ਜਾਵੇ ਮੈਂ ਤਾਂ ਲੈ ਲੂ। ਮਾਰ ਤੇ ਭੈਣ ਦੇ ਲੰਨ ਨੇ ਵਿਚਾਲੋ ਤਿੰਨ ਵਾਰੀ ਡਿਗਿਆ ਤਾ ਵੀ ਪੁਰਾਣੀ ਮਸ਼ੀਨਰੀ ਹੈ ਬਾਰੀ ਬਾਰੀ ਕੋ ਕੰਮ ਕਰੂ। ਮੈਂ ਆਪਦਾ ਡੰਗ ਲਿਆਉਣਾ ਹੌਲੀ ਹੌਲੀ। ਭੈਣ ਦੀ ਬੁੰਡੀ ਜਾਵਾ ਸਾਲਾ ਚਾਹ ਦਾ ਉਹ ਹੈ ਨੀ ਭੈਣ ਦਾ ਲੰਨ ਨਸ਼ੇ ਦਾ ਰੱਜਿਆ ਸੁਰਤੀ ਨੀ। ਭੈਣ ਦਾ ਲੰਨੂ ਮੇਰੇ ਨਾਲ ਆ ਦੇ ਕਿਤੇ ਪਾਸਾ ਮਾਰ ਕੇ ਲਈ ਜਾਵਾਂ।